ਚੋਣਾਂ ਜਿਵੇਂ ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਨੇ ਉਵੇਂ ਉਵੇਂ ਲੋਕਾਂ ਨੂੰ ਭਰਮਾਉਣ ਦੇ ਤਰੀਕੇ ਵੱਖੋ ਵੱਖ ਅਖਤਿਆਰ ਕੀਤੇ ਜਾ ਰਹੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਭਰਮਾਉਣਾ ਹੈ ਅਤੇ ਚੋਣਾਂ ਦੇ ਵਿੱਚ ਜਿੱਤ ਹਾਸਲ ਕਰਨੀ ਹੈ ਇਹ ਲੱਗਦਾ ਪਾਰਟੀਆਂ ਜਾਣਦੀਆਂ ਨੇ ਔਰ ਖਾਸ ਕਰਕੇ ਮੌਜੂਦਾ ਸੱਤਾਧਾਰੀ ਪਾਰਟੀ ਜਿਹੜੀ ਹੈ ਭਾਜਪਾ ਦੀ ਕੇਂਦਰ ਦੇ ਵਿੱਚ ਉਸ ਪਾਰਟੀ ਦੀ ਗੱਲ ਕਰਦੇ ਹਾਂ ਨਵਾਂ ਇੱਕ ਜੁਮਲਾ ਛੱਡਿਆ ਗਿਆ ਨਵਾਂ ਐਲਾਨ ਲੋਕਾਂ ਵਾਸਤੇ ਕਰ ਦਿੱਤਾ ਗਿਆ ਔਰ ਸ਼ਾਇਦ ਲੋਕ ਇਸ ਦੇ ਨਾਲ ਕੁਝ ਖੁਸ਼ ਵੀ ਹੋ ਜਾਣ ਕਿਉਂਕਿ ਬੜੀ ਦੇਰ ਤੋਂ ਆਮ ਘਰਾਂ ਦੇ ਵਿੱਚ ਇਹ ਗੱਲਾਂ ਚੱਲਦੀਆਂ ਸੀ ਕਿ ਸਿਲੰਡਰ ਬੜਾ ਮਹਿੰਗਾ ਸਿਲੰਡਰ ਬੜਾ ਮਹਿੰਗਾ ਆਮ ਘਰ ਦੀ ਖਰੀਦ ਤੋਂ ਬਹੁਤ ਮਹਿੰਗਾ ਔਰ ਉੱਥੇ ਹੀ ਹੁਣ 200 ਰੁਪਏ ਦੀ ਕਟੌਤੀ ਘਰ ਵਿੱਚ ਵਰਤੇ ਜਾਣ ਵਾਲੇ LPG ਸਿਲੰਡਰ ਦੀ ਕੀਮਤ ਦੇ ਵਿੱਚ 200 ਰੁਪਏ ਦੀ ਕਟੌਤੀ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਔਰ ਕੇਂਦਰ ਸਰਕਾਰ ਵੱਲੋਂ ਇਹ ਨਵਾਂ ਫੈਸਲਾ ਲਿਆ ਗਿਆ ਜਿਸ ਬਾਰੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ 200 ਰੁਪਏ ਦੀ ਕਟੌਤੀ ਜਿਹੜੀ ਅੱਜ ਤੱਕ ਕਦੀ ਇੰਨੀ ਰੇਟ ਦੇ ਵਿੱਚ ਸਿਲੰਡਰ ਵਧਿਆ ਨਹੀਂ ਸੀ ਉਨੀ ਤੇਜ਼ੀ ਦੇ ਨਾਲ ਸਿਲੰਡਰ ਦਾ ਰੇਟ ਘੱਟ ਗਿਆ ਘਰਾਂ ਦੇ ਵਿੱਚ ਵਰਤੇ ਜਾਣ ਵਾਲਾ ਸਿਲੰਡਰ ਜਿਹੜਾ ਘਰਾਂ ਦੇ ਵਿੱਚ ਵਰਤੇ ਜਾਣ ਵਾਲੀ LPG ਗੈਸ ਹੈ ਜਿਹੜੀ ਉਸਦੇ ਵਿੱਚ 200 ਰੁਪਏ ਦੀ ਕਟੌਤੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਚੋਣਾਂ ਜਿੱਤਣ ਨੂੰ ਲੈ ਕੇ ਕਿੰਨੇ ਡੈਸਪਰੇਟ ਨੇ ਇਹ ਨਜ਼ਰ ਆ ਰਿਹਾ ਸਾਫ਼ ਤੌਰ 'ਤੇ ਕਿ ਜਦੋਂ ਕੁਝ ਨਹੀਂ ਬਚਿਆ ਉਦੋਂ ਬ੍ਰਹਮ ਅਸਤਰ ਵਰਤ ਲਿਆ ਔਰ ਘਰਾਂ ਦੇ ਵਿੱਚ ਬੈਠੇ ਲੋਕ ਜਿਹੜੇ ਗਰੀਬੀ ਦੇ ਨਾਲ ਤਿਲਮਿਲਾ ਰਹੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਇੱਕ ਆਰਜ਼ੀ ਕੁਝ ਸਮੇਂ ਦਾ ਪਰ ਠੰਡੀ ਹਵਾ ਦਾ ਬੁੱਲਾ ਜ਼ਰੂਰ ਦੇ ਦਿੱਤਾ ਜਿਹੜਾ 200 ਰੁਪਏ ਦਾ ਦੀ ਕਟੌਤੀ ਕਰ ਦਿੱਤੀ ਪਰ ਕੀ ਇਹ 200 ਰੁਪਏ ਦੀ ਕਟੌਤੀ ਸਿਲੰਡਰਾਂ ਦੇ ਵਿੱਚ ਮੋਦੀ ਨੂੰ ਦੁਬਾਰਾ ਕੁਰਸੀ 'ਤੇ ਬਿਠਾ ਸਕੇਗੀ ਕਿ ਦੁਬਾਰਾ ਕੇਂਦਰ ਸਰਕਾਰ ਜਿਹੜੀ ਹੈ ਉਹ ਭਾਜਪਾ ਦਾ ਝੰਡਾ ਉੱਥੇ ਝੂਲੇਗਾ ਇਹ ਹੁਣ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਪਰ ਫਿਲਹਾਲ ਇਹ ਕਟੌਤੀ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ ਉਹ ਭਾਵੇਂ ਆਉਣ ਵਾਲੇ ਸਮੇਂ ਦੇ ਵਿੱਚ 3 ਰਾਜਾਂ 'ਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਉਹਦੀ ਗੱਲ ਕਰੀਏ ਜਾਂ ਫਿਰ ਅਲਟੀਮੇਟਲੀ ਜਿਹੜਾ ਕੇਂਦਰ ਸਰਕਾਰ ਦੇ ਉੱਤੇ ਕਿਹਦੀ ਸੱਤਾ ਹੋਵੇਗੀ ਉਸ ਵਾਸਤੇ ਲੋਕ ਸਭਾ ਚੋਣਾਂ ਜਿਹੜੀਆਂ 2024 'ਚ ਹੋਣੀਆਂ ਉਹਦੀ ਤਿਆਰੀ ਦੇਖੀਏ ਕਿ ਦੋਵੇਂ ਪੱਖਾਂ ਦੇ ਵਿੱਚ ਆਪਣਾ ਡੰਕਾ ਵਜਾਉਣ ਲਈ ਜਿਹੜੀ ਆ ਉਹ ਤਿਆਰੀਆਂ ਕੱਸਦੀ ਨਜ਼ਰ ਆ ਰਹੀ ਹੈ ਭਾਜਪਾ ਦੀ ਸਰਕਾਰ ਕੀ ਹੁੰਦਾ 2024 ਦੇ ਵਿੱਚ ਵੇਖਾਂਗੇ ਅਨੁਰਾਗ ਠਾਕੁਰ ਜੋ ਕਹਿੰਦੇ ਨੇ ਆਓ ਉਹ ਸੁਣ ਲੈਂਦੇ ਹਾਂ ਓਨਮ ਔਰ ਰਕਸ਼ਾ ਬੰਧਨ ਕੇ ਇਸ ਪਾਵਨ ਅਵਸਰ ਪਰ ਪ੍ਰਧਾਨ ਮੰਤਰੀ ਮੋਦੀ ਜੀ ਨੇ ਨਿਰਣੇ ਲਿਆ ਹੈ ਕਿ 200 ਰੁਪਇਆ ਗੈਸ ਸਿਲੰਡਰ के दाम कम किए जाएंगे सभी उपभोक्ताओं के लिए 200 रुपए दाम कम होंगे और आज मैं कहना चाहता हूं जब हम 2014 में आए थे मोदी जी के नेतृत्व में सरकार बनी तब देश में मात्र 14.5 करोड़ लोगों के पास रसोई गैस का सिलेंडर था डोमेस्टिक LPG आज वो बढ़कर 33 करोड़ हुए जिनमें से 9.6 करोड़ उज्ज्वला गैस सिलेंडर जो हमने मुफ्त में गैस कनेक्शन दिए थे और उज्ज्वला गैस योजना वालों को 200 रुपया सब्सिडी पहले ही मिलती है तो सभी उपभोक्ताओं को जो डोमेस्टिक गैस सिलेंडर यूज करते हैं उसका दाम 200 रुपये कम कर दिया गया है। रक्षाबंधन पर देशभर की बहनों के लिए एक बहुत बड़ी सौगात नरेंद्र मोदी जी ने दी है। दूसरा मैं चाहता हूं ये 75 लाख जो नए कनेक्शन और मिलेंगे ये जो कुछ परिवार रह गए थे उनको भी या कईयों के नए राशन कार्ड बनते हैं कई नए परिवार बेटे की शादी होगी तो नया परिवार बनता है तो उनके लिए भी ऐसी सुविधा उपलब्ध होगी। ये 75 लाख कनेक्शन मिलने के बाद लगभग 10.35 करोड़ उज्ज्वला गैस योजना के लाभार्थी हो जाएंगे। प्रधानमंत्री उज्ज्वला योजना के लाभार्थी 10.35 करोड़ तब हो जाएंगे। सब्सक्राइब टू वन इंडिया चैनल एंड नेवर मिस एन अपडेट।